शगन मना के सिर सुही फलकारी ओ तेरा जाग मारदा नी तेरा जाग मारदा टकरा नी बिच कंदा दे नी तेरा जाग मारदा टकरा नी बिच कंदा दे नी गल सुन जा मेरी खड़के जांदी वारी चौधरियां दा तेरा नौकर बन गया सी नी पुत चौधरियां दा तेरा नौकर बन गया सी नी पुत चौधरियां दा तेरा नौकर बन गया सी मजा रहा चार दा छड़े पनी सरदारी चौधरियां दा तेरा नौकर बन गया सी मजा रहा चार दा छड़े अपनी सरदारी मूंह दी मिठिए पहला नी मूंह दी मिठिए पहला नी मूंह दी मिठिए पहला पटिया पुत बगाने नू नी मूंह दी मिठिए पहला पटिया पुत बगाने नू मूंह दी मिठिए पहला पटिया पुत बगाने नू नी हुण होगी तैनू प्यो दी इज्जत प्यारी जगों गल तेरवी तू मेरे नाल करगी नी जगों गल तेरवी तू मेरे नाल करगी नी धोखा देगी जट नू कोई ना गल बचारी
ਨੀ ਜੱਗੋ ਗੱਲ ਤੇਰਵੀਂ ਤੂੰ ਮੇਰੇ ਨਾਲ ਕਰਗੀ ਨੀ ਧੋਖਾ ਦੇਗੀ ਜੱਟ ਨੂੰ ਕੋਈ ਨਾ ਗੱਲ ਬਚਾਰੀ ਉਹ ਰੱਬ ਹੀ ਬਦਲ ਗਿਆ ਰੱਬ ਹੀ ਬਦਲ ਗਿਆ ਤੂੰ ਕਾਹਦਾ ਨਜ਼ਰਾਂ ਬਦਲ ਗਈ ਰੱਬ ਹੀ ਬਦਲ ਗਿਆ ਤੂੰ ਕਾਹਦਾ ਨਜ਼ਰਾਂ ਬਦਲ ਗਈ ਨੀ ਮੈਨੂੰ ਲੱਗਦਾ ਦੁਸ਼ਮਣ ਬਣ ਗਈ ਦੁਨੀਆ ਸਾਰੀ ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾਂ ਪਾਈਆਂ ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾਂ ਪਾਈਆਂ ਚੌਧਰ ਛੱਡੀ ਪਿੰਡ ਦੀ ਛੱਡੀਆਂ ਪਰ ਜਾਈਆਂ ਚੌਧਰ ਛੱਡੀ ਪਿੰਡ ਦੀ ਛੱਡੀਆਂ ਪਰ ਜਾਈਆਂ ਚੌਧਰ ਛੱਡੀ ਪਿੰਡ ਦੀ ਛੱਡੀਆਂ ਪਰ ਜਾਈਆਂ ਮਰਨੋ ਮਰ ਜੂਗੀ ਪਰ ਅੰਗ ਨਹੀਂ ਲਾਉਂਦੀ ਸਜਦੇ ਨੂੰ ਰਹਿ ਜੂ ਖੇੜਿਆਂ ਦੀ ਵੇ ਸੱਜਰੀ ਸੇਜ ਸ਼ਿੰਗਾਰੀ ਮੇਰਾ ਦੋਸ਼ ਨਹੀਂ ਸੇਮੇ ਤਲਵੰਡੀ ਵਾਲਿਆ ਵੇ ਮੈਂ ਤਾਂ ਆਖਿਆ ਸੀ ਚੱਲੀਏ ਮਾਰ ਉਡਾਰੀ ਚੱਲੀਏ ਮਾਰ ਉਡਾਰੀ ਉਦੋਂ ਉਡਾਰੀਆਂ ਕਿੱਥੇ ਵੱਜਦੀਆਂ ਸੀ ਉਦੋਂ ਉਡਾਰੀ ਕਿਤੇ ਨਹੀਂ ਵੱਜਦੀ ਸੀ ਉਦੋਂ ਜਦੋਂ ਕੋਈ ਬੰਦਾ ਆਪਣੇ ਆਪ ਅੱਜ ਤੋਂ 50 ਸਾਲ ਪਹਿਲਾਂ ਜਦੋਂ ਕੋਈ ਬੰਦਾ ਆਪਣੇ ਆਪ ਵਿਆਹ ਕਰਵਾਉਂਦਾ ਸੀ ਤਾਂ ਸਮਝ ਲਓ ਵੀ ਕਤਲ ਹੋ ਗਿਆ ਸੀ ਕਤਲ ਜਿੰਨਾ ਜੁਰਮ ਹੋ ਜਾਂਦਾ ਸੀ ਅਤੇ ਪਿੰਡ ਵਾਲੇ ਇੰਨਾ ਭੈੜਾ ਮੰਨਦੇ ਸੀ ਅੱਜ ਕੱਲ੍ਹ ਪਾਈ ਉਡਾਰੀਆਂ ਅੱਜ ਕੱਲ੍ਹ ਵੱਜਦੀਆਂ ਅੱਜ ਕੱਲ੍ਹ ਮੁੰਡੇ ਖੁੰਡੇ ਪੜ੍ਹ ਲਿਖ ਗਏ ਆ ਸਾਰੇ ਨੌਜਵਾਨ ਜਿਹਦੇ ਘਰ 2 ਸੁੱਤੇ ਆ ਇਹ ਨਹੀਂ ਪਤਾ ਸੁਬਾਹ ਨੂੰ 3 ਹੋ ਜਾਣ ਜਿਹਦੇ 3 ਸੁੱਤੇ ਆ 4 ਹੋ ਜਾਣ ਜਿਹਨਾਂ ਦੇ ਕਈ ਵਾਰ ਘੱਟ ਵੀ ਜਾਂਦੇ ਉਦੋਂ ਵੀ ਪਤਾ ਲੱਗਦਾ ਜਦੋਂ ਹਾਈ ਕੋਰਟ ਜਾ ਕੇ ਕੰਮ ਨਮੇੜੇ ਆਉਂਦੇ ਆ ਪਤੰਦਰ ਹਾਂ ਵੈਸੇ ਲੰਬ ਮੈਰਜਾਂ ਸਿਰੇ ਨਹੀਂ ਚੜ੍ਹਦੀਆਂ ਹੁੰਦੀਆਂ ਇਹ ਬੰਦੇ ਨੂੰ ਵਹਿਮ ਹੀ ਹੁੰਦਾ ਜਿਹੜੀਆਂ ਰੇਂਜ ਮੈਰਜਾਂ ਹੁੰਦੀਆਂ ਉਹ ਰੇਂਜ ਮੈਰਜਾਂ ਹੁੰਦੀਆਂ ਸਿਆਣੇ ਕਹਿੰਦੇ ਮੈਂ ਨਹੀਂ ਕਹਿੰਦਾ ਮੇਰਾ ਬਾਪੂ ਕਹਿੰਦਾ ਹੁੰਦਾ ਵੀ ਖਾਨਦਾਨ ਪਰਖਣਾ ਜ਼ਰੂਰ ਚਾਹੀਦਾ ਕਿਉਂਕਿ ਖਾਨਦਾਨ ਤੁਰਿਆ ਜਿਹੜਾ ਪਿੱਛੇ ਤੋਂ ਤੁਰਿਆ ਆਉਂਦਾ ਹੋਵੇ ਪਿੱਛਾ ਉਹਦਾ ਪਿੱਛਾ ਜ਼ਰੂਰ ਦੇਖਣਾ ਚਾਹੀਦਾ ਪਰ ਅੱਜ ਕੱਲ੍ਹ ਦੇ ਮੁੰਡੇ ਖੁੰਡੇ ਕਈ ਵਾਰ ਧੋਖਾ ਖਾ ਜਾਂਦੇ ਆ ਪਰ ਖਾਣਾ ਨਹੀਂ ਚਾਹੀਦਾ ਹਾਂ ਕਿਉਂਕਿ ਇਹ ਗੱਲਾਂ ਕੋਈ ਮਾਮੂਲੀ ਗੱਲਾਂ ਨਹੀਂ ਹੁੰਦੀਆਂ ਜ਼ਿੰਦਗੀ ਭਰ ਦੀਆਂ ਗੱਲਾਂ ਹੁੰਦੀਆਂ ਨੇ ਲਓ ਇੱਕ ਸੇਵਾਦਾਰ ਨੂੰ ਬੇਨਤੀ ਹੈ ਜੀ ਪੰਡਾਲ ਦੇ ਵਿੱਚ ਜਿੰਨੇ ਸੇਵਾਦਾਰ ਖੜੇ ਹੋਏ ਨੇ ਤਾਂ ਪਲੀਜ਼ ਆਪ ਆਪਣੀਆਂ ਡਿਊਟੀਆਂ ਤੇ ਚਲੇ ਜਾਓ ਜੀ ਹਾਂਜੀ ਹਾਂ ਇੱਕ ਮੈਨੂੰ ਗੱਲ ਯਾਦ ਆ ਗਈ ਗਾਣਾ ਵੀ ਉਹੋ ਜਿਹਾ ਹੀ ਹੈ ਹਾਂਜੀ ਐਮ ਐਲ ਏ ਵਾਲੇ ਆ ਇਹ ਪਤੰਦਰ ਗਾਣਾ ਪਾਉਣ ਦੇ ਜਦੋਂ ਕੋਈ ਨਵਾਂ ਗਾਣਾ ਗਾਈਦਾ ਮਿਹਰਬਾਨੀ ਸ਼ੁਕਰੀਆ ਸੋਨੀ ਹੋਣੀ ਜਗਦੇਵ ਸਿੰਘ ਟਹਿਣਾ ਸਾਹਿਬ ਹਾਂਜੀ